ਹਾਂਜੀ ਦੋਸਤੋ, ਇਹ ਆਪਾਂ ਕਟਰ 2 ਸਾਲ ਪਹਿਲਾਂ ਬਣਾਇਆ ਸੀਗਾ, ਸਲਾਈਡਿੰਗ ਕਟਰ ਆ, ਘਰ ਹੀ ਤਿਆਰ ਕੀਤਾ ਸਾਰਾ ਆਪਾਂ। ਇਹਦੇ ਵਿੱਚ 2 ਦੀ ਮੋਟਰ ਲੱਗੀ ਹੋਈ ਆ, 2 HP ਦੀ, ਅਤੇ ਬਿਲਕੁਲ ਸਲਾਈਡਿੰਗ ਕਟਰ ਆ, ਚੱਲਦਾ ਵਧੀਆ ਸਮੂਥ ਸਾਰਾ। ਆਹ ਦੇਖੋ, ਆਹ ਜਗ੍ਹਾ ਤੋਂ ਖੋਲ੍ਹ ਕੇ ਅਤੇ ਇਹਨੂੰ ਆਪਾਂ ਪਾਸੇ ਵੀ ਆ ਬਾਹਰ ਲੈ ਜਾਂਦਾ ਜਦੋਂ ਵੀ ਆਪਾਂ ਇਹਨੂੰ ਕਿਸੇ ਪਾਸੇ ਸਾਈਡ 'ਤੇ ਲੈ ਕੇ ਜਾਣਾ ਕੰਮ 'ਤੇ। ਆ ਇਹਦੀ ਠੱਲ ਦਿੱਤੀ ਹੋਈ ਆ, ਬਸ ਇਹਨੂੰ ਇੱਕ ਪਾਸੇ ਖੋਲ੍ਹ ਕੇ ਇਹਨੂੰ ਜਿੱਥੇ ਮਰਜ਼ੀ ਆਪਾਂ ਇਹ ਕੱਸ ਸਕਦੇ ਹਾਂ। ਇਹ 26-27 ਇੰਚ ਤੱਕ ਇੱਦਾਂ ਚੌੜਾ ਫੱਟਾ ਇਹ 'ਤੇ ਕੱਟਿਆ ਜਾਂਦਾ, ਅਤੇ ਜੇ ਇਹਦੇ ਇੱਥੋਂ ਇੱਕ ਜਗ੍ਹਾ ਤੋਂ ਟਾਈਟ ਕਰ ਦਈਏ ਤਾਂ ਸਾਰੀ ਠੱਲ ਬਿਲਕੁਲ ਟਾਈਟ ਹੋ ਜਾਂਦੀ ਆ। ਅਤੇ ਇਹ ਆ ਇਹਦੇ ਵਿੱਚ ਆਪਾਂ ਐਡਜਸਟਮੈਂਟ ਦਿੱਤੀ ਆ, ਇਹਨੂੰ ਜਿੰਨਾ ਮਰਜ਼ੀ ਇੱਥੇ ਕਰਕੇ ਗੁਣੀ ਕਰਕੇ ਆ ਉੱਪਰ ਤਾਂ ਚੱਕਿਆ ਜਾਂਦਾ, ਇੱਥੋਂ ਸਾਈਜ਼ ਦਾ ਬੰਨ ਕੇ। ਆਹ ਦੇਖੋ, ਇਹਦਾ ਇੱਥੋਂ ਸਾਈਜ਼ ਬੰਨ ਕੇ ਜਿੱਥੋਂ ਤੱਕ ਮਰਜ਼ੀ ਆਪਾਂ ਜਿੰਨਾ ਮਰਜ਼ੀ ਇਹਦੇ ਲੰਬਾਈ ਕੱਟ ਸਕਦੇ ਹਾਂ, ਕਿਤੇ ਮਿਣ ਕੇ ਇਹਨੂੰ ਜਿੱਥੇ ਮਰਜ਼ੀ ਆਪਾਂ ਇਹਨੂੰ ਸੈੱਟ ਕਰ ਲਈਏ। ਅਤੇ ਬਾਅਦ ਵਿੱਚ ਗੁਣੀਆਂ ਦੇ ਵਿੱਚ ਵੀ ਹੋ ਜਾਂਦਾ, ਜਿਵੇਂ ਕਿ ਆਹ ਦਰਾਜ਼ਾਂ ਦਾ ਸਮਾਨ ਕੱਟਿਆ ਆਪਾਂ, ਸਿਰਫ ਕੁਝ ਹੀ ਟਾਈਮ ਦੇ ਵਿੱਚ ਹੀ ਇਹ ਸਾਰਾ ਸਮਾਨ ਦਰਾਜ਼ਾਂ ਦਾ ਕੱਟਿਆ ਜਾਂਦਾ। ਰਸੋਈ ਦਾ ਆਪਾਂ ਰਸੋਈ ਬਣਾਉਣੀ ਆ, ਰਸੋਈ ਦੇ ਵਾਸਤੇ ਵੀ ਬਹੁਤ ਹੀ ਘੱਟ ਟਾਈਮ ਲੱਗਦਾ, ਬਹੁਤ ਵਧੀਆ ਕਟਿੰਗ, ਬਿਲਕੁਲ ਸਾਫ਼ ਕਟਿੰਗ ਹੁੰਦੀ ਆ। ਇਹਦੇ ਟਾਇਰ ਲਾਏ ਹੋਏ ਆ ਅਤੇ ਸਾਰਾ ਬਿਲਕੁਲ ਜਿੱਥੇ ਮਰਜ਼ੀ ਆਪਾਂ ਨੂੰ ਲਿਜਾਣਾ, ਬਹੁਤ ਸੌਖਾ ਜਾ ਵੜਦਾ। ਅਤੇ ਇਹ ਮੰਨ ਲਓ ਤਕਰੀਬਨ ਆਪਾਂ 2 ਸਾਲ ਪਹਿਲਾਂ ਬਣਾਇਆ ਸੀ ਅਤੇ ਬਹੁਤ ਵਧੀਆ ਹੀ ਵਧੀਆ ਚੱਲ ਰਿਹਾ। ਅਤੇ ਇਹਦੀ ਆਪਾਂ ਪੂਰੀ ਫੁੱਲ ਦੀ ਵੀਡੀਓ ਵੀ ਸਾਰੀ ਬਣਾ ਕੇ ਅਪਲੋਡ ਕਰ ਦਿਆਂਗੇ, ਕਿੰਨਾ ਖਰਚਾ ਆਇਆ ਸਾਰਾ ਕੁਝ ਦੱਸ ਦਿਆਂਗੇ। ਅਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਕੱਟ ਰਹੇ ਤੁਹਾਨੂੰ। ਹੋਰ ਇਹੋ ਜਿਹੀਆਂ ਵੀਡੀਓ ਦੇਖਣ ਲਈ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ, ਲਾਈਕ ਕਰਿਓ ਅਤੇ ਸ਼ੇਅਰ ਕਰਿਓ। ਧੰਨਵਾਦ।